ਤੁਸੀਂ ਲੈਪਟੋਸਪੈਰੋਸਿਸ ਦੀ ਸਰ ਗੱਲ ਕਰ ਰਹੇ ਹੋ ਨਾ? ਜੀ ਇਹ ਸਰ ਐਕਚੁਲੀ ਨਾ ਲੈਪਟੋਸਪੈਰਾ ਇੱਕ ਬੈਕਟੀਰੀਆ ਹੁੰਦਾ, ਓਕੇ ਉਹ ਬੈਕਟੀਰੀਆ ਜ਼ਿਆਦਾਤਰ ਜਦੋਂ ਕੈਟਲਸ ਹੁੰਦੀਆਂ ਨੇ ਨਾ ਜਿਹੜੀਆਂ, ਜਾਂ ਡੋਗਸ ਨੇ, ਹਾਂ ਹਾਂ ਜੀ ਇਨਫੈਕਟ ਕਰ ਰਿਹਾ ਤੇ ਇਹਨਾਂ ਦੀ ਕਿਡਨੀ ਦੇ ਵਿੱਚ ਜਾ ਕੇ ਵੱਧਦਾ ਫੁੱਲਦਾ, ਓਕੇ ਉਹ ਤਾਂ ਫਿਰ ਯੂਰਿਨ ਦੇ ਰਸਤੇ ਜਿਹੜਾ ਹੈ ਬਾਹਰ ਨਿਕਲਦਾ, ਯੂਰਿਨ ਦਾ ਓਰਫੇਸਿਸ ਉਹਨਾਂ ਦੀ ਵਿਟ ਵਗੈਰਾ ਜਿਹੜੀ ਖਾਂਦੇ ਨੇ ਨਾ, ਪਰ ਆਪਣੇ ਉਹ ਪੰਜਾਬ ਦੇ ਵਿੱਚ ਉਸ ਕਾਫੀ ਕਿਡਨੀ ਦੇ ਕਾਮਨ ਵਿੱਚ, ਹੈ ਬਿਮਾਰੀ। ਨਹੀਂ, ਆਪਣੇ ਏਰੀਏ ਦੇ ਵਿੱਚ ਬਹੁਤ ਘੱਟ ਹੈ ਜੀ, ਆਪਣੇ ਏਰੀਏ ਜਿਹੜੇ ਬਾਹਰ ਲੋਕ ਘੁੰਮਣ ਜਾਂਦੇ ਨੇ ਉਹਨਾਂ ਦੇ ਨਾਲ ਹੀ ਮਾਈਗ੍ਰੇਟ ਹੁੰਦੀ ਹੈ। ਸੋ ਇਹ ਬੜੀ ਹੈਰਾਨੀ ਦੀ ਗੱਲ ਨਹੀਂ ਕਿ ਮੁੱਖ ਮੰਤਰੀ ਇਹਦੇ ਨਾਲ ਪੀੜਿਤ ਹੋ ਗਏ, ਉਹ ਇਨਫੈਕਟ ਹੋ ਗਏ। ਦੇਖੋ ਜੀ ਇਹ ਪਤਾ ਕੀ ਹੁੰਦੀ, ਵੇਖੋ ਕੋਈ ਇਨਫੈਕਟਡ ਰੈਟਸ ਹੈਗਾ ਉਹ ਤੁਹਾਡੇ ਘਰ ਆਉਣ ਕੇ, ਮਤਲਬ ਤੁਹਾਡੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਬਰਤਨਾਂ ਤੇ ਯੂਰਿਨ ਪਾਸ ਕਰ ਜਾਂਦਾ, ਜਾਂ ਦੇਖੋ ਤੁਸੀਂ ਬਾਹਰ ਦੇਖੋ ਕਿਤੇ ਘੁੰਮਣ ਡਾਕਟਰ ਜਾਂਦੇ ਹੋ ਮਲਕੀਤ ਸਿੰਘ ਤੁਸੀਂ। ਜੀ, ਡਾਕਟਰ ਮਲਕੀਤ ਸਿੰਘ ਜੀ, ਉਹ ਕਹਾਵਤ ਹੈ ਨਾ ਕਿ ਸੀਐਮ ਦੇ ਘਰ ਦੇ ਅੰਦਰ ਤੇ ਮੱਖੀ ਨਹੀਂ ਫੜਕ ਸਕਦੀ ਤੇ ਉੱਥੇ ਚੂਹਾ ਕਿੱਥੋਂ ਆ ਚਲੋ ਜੀ, ਜਾਂਦਾ। ਮੈਂ ਇੱਕ ਵਿਅਕਤੀ ਦੀ ਗੱਲ ਨਹੀਂ ਕਰ ਰਿਹਾ ਜੀ, ਮੈਂ ਡਿਸੀਜ਼ ਦੀ ਗੱਲ ਕਰ ਰਿਹਾ, ਹਾਂ। ਇੱਕ ਵਿਅਕਤੀ ਤੋਂ ਲੈ ਕੇ ਥੋੜਾ ਡਾਕਟਰ ਨੇ ਚੱਲਣਾ ਹੁੰਦਾ, ਮੈਂ ਤਾਂ ਇੱਕ ਬਿਮਾਰੀ ਦੀ ਗੱਲ ਕਰ ਰਿਹਾ ਨਾ। ਮੰਨ ਲਓ ਤੁਸੀਂ ਬਾਅਦ ਤੁਸੀਂ ਲੇਕਸ ਦੇ ਉੱਪਰ ਨਹਾਉਂਦੇ ਹੋ ਜਾ ਕੇ, ਜਾਂ ਕਿਸੇ ਝਰਨੇ ਦਾ ਪਾਣੀ ਪੀਂਦੇ ਹੋ, ਤਾਂ ਜਾਂ ਤੁਸੀਂ ਵੈਸੇ ਵੀ ਜਾਂਦੇ ਹੋ, ਤੁਹਾਡੇ ਕੋਈ ਕੱਟ ਲੱਗਾ ਨਾ, ਕੱਟ ਓਪਨ ਕੱਟ ਹੈਗਾ, ਤੁਹਾਡੇ ਸਕਿਨ ਦੇ ਉੱਪਰ ਕੋਈ ਮਤਲਬ ਰਗੜ ਲੱਗੀ ਹੋਈ ਹੈ, ਤੁਹਾਨੂੰ ਜਿਹੜੇ ਉਹ ਦੇਖੋ ਬਹੁਤੇ ਕੇਸਿਸ ਆਉਂਦੇ ਆ ਉਹ ਪਾਣੀ ਕਰਕੇ ਜ਼ਿਆਦਾ ਆਉਂਦੇ, ਇਜ਼ ਇਟ? ਪਾਣੀ ਕਰਕੇ ਜੀ, ਤੇ ਸਲਾਈਵਾ ਦੇ ਰਾਹੀਂ ਵੀ ਨਿਕਲਦਾ ਹੈ, ਜੇ ਵਜ਼ਾਈਨਲ ਸੈਕ੍ਰੀਸ਼ਨਸ ਨੇ, ਸਲਾਈਵਾ ਹੈ, ਇਹਨਾਂ ਦੇ ਰਾਹੀਂ ਵੀ ਨਿਕਲਦਾ, ਫੇਸਿਸ ਦੇ ਰਾਹੀਂ ਵੀ ਨਿਕਲਦਾ, ਓ ਅੱਛਾ ਉੱਥੋਂ ਫਿਰ ਇਹ ਮਤਲਬ ਉਹਦਾ ਹਿਊਮਨ ਦੇ ਅੰਦਰ ਐਂਟਰ ਕਰਦਾ। ਅੱਛਾ ਇਹਦੇ 90% ਮਾਈਲਡ ਕੇਸਿਸ ਹੁੰਦੇ ਨੇ, ਜਿਹੜੇ 2-4-5 ਦਿਨ ਦੇ ਵਿੱਚ ਵੈਸੇ ਹੀ ਥੋੜਾ ਬਲਾ ਬੁਖਾਰ ਜ਼ੁਕਾਮ ਜਿਵੇਂ ਆਮ ਕਾਮਨ ਕੋਲਡ ਹੁੰਦਾ ਉਸ ਤਰ੍ਹਾਂ ਹੋ ਗਿਆ, ਠੀਕ ਹੋ ਜਾਂਦਾ। ਤੇ ਮਤਲਬ 65% ਹੁੰਦੇ ਨੇ ਜਿਹੜੇ ਕੰਪਲੀਕੇਟਡ ਹੁੰਦੇ ਨੇ, ਜਦੋਂ ਜ਼ਿਆਦਾ ਫੇਟ ਜਾਂਦਾ ਹੈ ਜਾਂ ਇਹਦਾ ਪ੍ਰੋਪਰ ਟ੍ਰੀਟਮੈਂਟ ਪਹਿਲਾਂ ਨਹੀਂ ਕੀਤਾ ਜਾਂਦਾ, ਫਿਰ ਇਹ ਸਾਡੇ ਲੀਵਰ ਨੂੰ, ਹਾਰਟ ਨੂੰ, ਲੰਗਸ ਨੂੰ, ਕਿਡਨੀਜ਼ ਨੂੰ ਇਨਵੋਲਵ ਕਰ ਲੈਂਦਾ। ਤੇ ਇਹ ਰਿਕਵਰੀ ਚ ਕਿੰਨਾ ਟਾਈਮ ਲੱਗ ਜਾਂਦਾ ਫਿਰ ਲੈਪਟੋਸਪਿਰੋਸਿਸ ਤੇ ਪੇਸ਼ੈਂਟ ਦੀ? ਰਿਕਵਰੀ ਤਾਂ 5-7 ਦਿਨ, ਅਗਰ ਨਾਰਮਲੀ ਤਾਂ 5-7 ਦਿਨ ਦੇ ਵਿੱਚ ਹੀ ਹੋ ਜਾਂਦੀ ਹੈ। ਇਹਦਾ ਕੀ ਹੁੰਦਾ ਕਿ ਇਹਦਾ ਨਾ ਡਾਇਗਨੋਸ ਕਰਦਿਆਂ ਟਾਈਮ ਲੱਗਦਾ, ਕਿਉਂਕਿ ਉਹ ਆਮ ਮਤਲਬ ਮੰਨ ਲਓ ਤੁਹਾਡੇ ਕੋਲ ਫੀਵਰ ਦਾ ਕੋਈ ਕੇਸ ਆਇਆ ਨਾ, ਜਦੋਂ ਤੁਸੀਂ ਦਾ ਤੁਹਾਨੂੰ ਡਾਊਟ ਹੋਇਆ ਕਿ ਮਤਲਬ ਐਡ ਸੀਜ਼ ਹੋ ਸਕਦੀ ਹੈ, ਉਹ ਜਦੋਂ ਤੁਸੀਂ ਕਲਚਰ ਲਗਾਓਗੇ ਤੇ ਬਲੱਡ ਦੀ ਉਹ ਕਲਚਰ ਦੀ ਰਿਪੋਰਟ 72 ਆਵਰਸ ਲੇਟ ਆਉਂਦੀ ਹੈ। ਸਾਡੇ ਦੋ ਕਾਲਰਸ ਨੇ ਬਹੁਤ, ਤੁਸੀਂ ਪਤਾ ਨਹੀਂ ਸੁਣਿਆ ਕਿ ਨਹੀਂ ਸੁਣਿਆ, ਉਹਨਾਂ ਨੇ ਆਪਣੀ ਨਿੱਜੀ ਜਾਣਕਾਰੀ ਸ਼ੇਅਰ ਕੀਤੀ ਆ, ਉਹਦੇ ਬਾਰੇ ਕੀ ਕਹੋਗੇ? ਇੱਕ ਤੇ ਕਿਡਨੀ ਪੇਸ਼ੈਂਟ ਸੀਗੇ, ਉਹ ਕਿਡਨੀ ਤੋਂ ਇਨਫੈਕਸ਼ਨ ਹੋ ਗਈ ਤੇ ਅੱਜ ਕੱਲ ਉਹ ਲੈਪਟੋਸਪਿਰੋਸਿਸ ਨਾਲ ਪੀੜਿਤ ਨੇ। ਦੂਜੇ ਸਾਡੇ ਮੁਹੱਲੀ ਤੋਂ ਇੱਕ ਕਾਲਰ ਨੇ, ਉਹ ਕਹਿ ਰਹੇ ਨੇ ਕਿ ਉਹ ਸ਼ਰਾਬ ਵੀ ਪੀਂਦੇ ਨੇ ਤੇ ਸ਼ਾਇਦ ਸ਼ਰਾਬ ਜਾਂ ਪਾਣੀ ਕਰਕੇ ਉਹਨਾਂ ਨੂੰ ਦਿੱਕਤ ਹੋ ਗਈ। ਦੇਖੋ ਜੀ ਪਾਣੀ ਦਾ ਕਰਕੇ ਅਗਰ ਤੁਹਾਡਾ ਉਹ ਪਾਣੀ ਇਨਫੈਕਟਡ ਪੀਤਾ ਜਾਂਦਾ ਤਦ ਵੀ ਹੋ ਜਾਂਦਾ, ਉਹ ਇਨਫੈਕਟਡ ਪਾਣੀ ਤੁਹਾਡੇ ਜ਼ਖਮ ਤੇ ਲੱਗ ਗਿਆ, ਤੁਹਾਡੀ ਅੱਖ ਦੇ ਅੰਦਰ ਲੱਗ ਕੇ, ਤਦ ਵੀ ਹੋ ਜਾਂਦਾ। ਕਈ ਓਕੇ ਵਾਰ ਮੰਨ ਲਓ ਕੋਈ ਕੋਲਡ ਡਰਿੰਕ ਲੈ ਕੇ ਪੀਤਾ ਜਾਂ ਕੈਨਸ ਵਾਲੀਆਂ ਚੀਜ਼ਾਂ ਲੈ ਕੇ ਪੀਤੀਆਂ, ਉਹਦੇ ਉੱਪਰ ਅਗਰ ਇਨਫੈਕਟਡ ਚੂਹੇ ਨੇ ਮਤਲਬ ਪਿਸ਼ਾਬ ਕੀਤਾ ਵਾ, ਉਹ ਉੱਥੋਂ ਵੀ ਤੁਹਾਡੇ ਅੰਦਰ ਚਲੇ ਜਾਣਾ। ਓਕੇ 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 ਕਿਉਂਕਿ ਇਹਦੇ ਜਿਹੜੇ ਜੀਵਾਣੂ ਹੁੰਦੇ ਆ ਨਾ, ਉਹ ਕਈ ਵਾਰੀ 1.5-2 ਮਹੀਨੇ ਤੱਕ ਮਿੱਟੀ ਦੇ ਉੱਪਰ ਜਾਂ ਮਤਲਬ ਪਾਣੀ ਵਿੱਚ ਜਿਉਂਦੇ ਰਹਿੰਦੇ ਜਦੋਂ ਯੂਰਿਨ ਪਾਸ ਕਰ ਦਿੰਦਾ। ਬਹੁਤ ਇੰਪੋਰਟੈਂਟ ਦੇ ਵਿੱਚ ਤੁਸੀਂ ਨਹਾਉਂਦੇ ਹੋ, ਤੁਸੀਂ ਵਾਟਰ ਗੇਮਸ ਕਰਦੇ ਹੋ, ਉੱਥੇ ਵੀ ਅਗਰ ਤੁਹਾਡੇ ਜੈਨੀਟਲੀ ਆਰਗਨਸ ਨੇ ਸਾਡੇ ਜਿਹੜੇ, ਉਹਨਾਂ ਦੇ ਰਾਹੀਂ ਵੀ ਐਂਟਰ ਕਰ ਜਾਂਦਾ। ਇਹ ਤੁਹਾਡੀ ਅੱਖਾਂ ਦੀ ਜਿਹੜੀ ਝਿੱਲੀ ਹੁੰਦੀ ਪਾਵੇ, ਉਹ ਪਾਣੀ ਅਗਰ ਪੈ ਗਿਆ ਜਾਂ ਮਤਲਬ ਜੋ, ਉਹ ਉਹਦੇ ਰਾਹੀਂ ਐਂਟਰ ਕਰ ਜਾਂਦਾ ਹੈ। ਬਹੁਤ ਧੰਨਵਾਦ ਡਾਕਟਰ ਮਲਕੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਔਰ ਇਹ ਸਾਰੀ ਜਾਣਕਾਰੀ ਸ਼ੇਅਰ ਕੀਤੀ। ਥੈਂਕ ਯੂ ਵੈਰੀ ਮੱਚ।